ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਐਨ ਵਾਈ ਦੀ ਵੀਡੀਓ ਦੇ ਵਿੱਚ। ਅਤੇ ਮਹੀਨਾ ਪਹਿਲਾਂ ਆਪਾਂ ਵੀਡੀਓ ਪਾਈ ਸੀ ਇਸ ਜਗ੍ਹਾ ਦੀ, ਆ ਦੇਖੋ ਦੁਕਾਨਾਂ ਆਪਣੀਆਂ ਬਣ ਕੇ ਜਿਹੜੀਆਂ ਉਹ ਕੰਡੀਸ਼ਨ ਖੜ੍ਹਾ ਹੋ ਚੁੱਕਾ ਆ। ਅਤੇ ਮਹਾਰਾਜ ਦੀ ਕਿਰਪਾ ਦੇ ਨਾਲ, ਤੁਹਾਡੀਆਂ ਦੁਆਵਾਂ ਦੇ ਨਾਲ ਅੱਜ ਪੈਣ ਲੱਗਾ ਲੈਂਟਰ ਪੰਪ ਆ ਗਿਆ ਆ ਦੇਖੋ, ਅਤੇ ਲੱਗਣ ਲੱਗਾ ਆ। ਮੌਸਮ ਵੀ ਠੰਡਾ ਹੋ ਗਿਆ, ਸਵੇਰ ਦੇ ਸੁੱਕਣੇ ਪਾਏ ਹੋਏ ਆ। ਹਾਂਜੀ ਸਵੀਰ ਸਿੰਘ ਕਿੱਦਾਂ? ਅਤੇ ਅੱਜ ਪਾਉਂਦੇ ਆਪਾਂ ਲੈਂਟਰ, ਬਿਜਲੀ ਦਾ ਕੰਮ ਆਪਾਂ ਕੱਲ੍ਹ ਕਰ ਗਏ ਸੀਗੇ, ਸੋ ਕੱਲ੍ਹ ਪੂਰਾ ਦਿਨ ਲੱਗ ਗਿਆ ਬਿਜਲੀ ਦੀ ਜਿਹੜੀ ਫਿਟਿੰਗ ਕਰਨ ਨੂੰ। ਅਤੇ ਇੱਧਰ ਆ ਮਿਸਤਰੀ, ਇੱਧਰ ਲੇਬਰ ਸਾਰੀ ਬੈਠੀ ਆ, ਵਿਚਾਰੇ ਸਵੇਰ ਦੇ ਬੈਠੇ ਆ। ਹਾਂ ਬਈ ਕਿੱਦਾਂ, ਸਵੇਰ ਦੇ ਸੁੱਕਣੇ ਪਾਏ ਆਵਾਜ਼ ਤਾਂ ਹੈ, ਪੰਪ ਹੁਣ ਆਇਆ। ਆਹ ਦੇਖ ਲਓ ਬੰਦੇ ਕਿੱਦਾਂ ਬੈਠੇ, ਰੇਹੜੀਆਂ ਰੂੜੀਆਂ ਲੈ ਕੇ ਆਏ ਆਪਣੀਆਂ। ਅਤੇ ਆਹ ਆ ਗਏ ਪੰਪ ਵਾਲੇ ਇੱਧਰ, ਅਤੇ ਪੋਨੇ ਇਹਨਾਂ ਦੀ ਸੈਟਿੰਗ ਕਰਾ ਕੇ ਪੰਪ ਦੀ, ਤਾਂ ਅਤੇ ਅਗਲੀ ਕਾਰਵਾਈ। ਲਓ ਜੀ ਆਹ ਉੱਪਰਲਾ ਮਾਹੌਲ, ਸਰੀਆ ਵੀ ਸਾਰਾ ਬੱਝਾ ਹੋਇਆ, ਅਤੇ ਬਿਜਲੀ ਦਾ ਕੰਮ ਤੁਹਾਨੂੰ ਦੱਸਿਆ ਆਪਾਂ ਪਹਿਲੇ ਕਰਤਾ ਸੀ ਕੱਲ੍ਹ ਹੀ। ਅਤੇ ਤਿਆਰੀਆਂ ਆ, ਆਹ ਪੰਪ ਵਾਲੇ ਆਪਣਾ ਸਮਾਨ ਲਈ ਆਉਂਦੇ ਆ, ਕਿਆ ਲੱਗਾ ਪੰਪ। ਸੋ ਜਿੰਨੇ ਵੀ ਪੰਪਾਂ ਵਾਲੇ ਕੰਮ ਕਰਦੇ ਕੌਂਕਰੀਟ, ਸਾਰੇ ਪਰਦੇਸੀ ਬੰਦੇ ਆ, ਬੜੀ ਮਿਹਨਤ ਦਾ ਕੰਮ ਹੈ ਦੇਖ ਲਓ। ਜਿੱਦਾਂ ਆਪਾਂ ਪਰਦੇਸਾਂ ਵਿੱਚ ਜਾ ਕੇ ਮਿਹਨਤ ਕਰਦੇ ਹਾਂ, ਅਤੇ ਇਹਨਾਂ ਦੇ ਵੀ ਪਰਦੇਸ ਆ ਅਤੇ ਮਿਹਨਤ ਕਰਦੇ ਆ। ਆਹ ਲੋਹੇ ਦੇ ਪੈਪ ਚੱਕੀ ਲਿਆਉਂਦੇ ਆ ਉੱਪਰ ਨੂੰ, ਅਤੇ ਇਹਨਾਂ ਦਾ ਅਸੀਂ ਕੌਂਕਰੀਟ ਸਾਰੀ ਉੱਪਰ ਆਉਣੀ ਆ ਜੀ, ਆਹ ਦੇਖ ਲਓ। ਅਤੇ ਸਾਰਾ ਸੈਟਅਪ ਤੁਹਾਨੂੰ ਦਿਖਾਉਂਦੇ ਨਾਲੇ ਆਪਣੇ ਆਉਂਦੇ ਆ, ਜਿੱਥੇ ਲੈਂਟਰ ਜੁੜੀ ਰਹੀ ਹੋ ਨਾਲ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭਾਈ। ਆਹ ਪਾਈਪਾਂ ਦਾ ਅਸੀਂ ਜਾਣਾ ਜੀ, ਜਿਹੜਾ ਉੱਪਰ ਕੌਂਕਰੀਟ ਜਾਣੀ ਹੈ, ਦੇਖੋ ਆਹ ਇੱਥੇ ਲੱਗਣੇ ਪਾਈਪ, ਅਤੇ ਆਹ ਵਾ ਪੈਂਪ, ਆਹ ਵਾ ਜੀ ਪੰਪ, ਅਤੇ ਇਹਦੇ ਰਾਹੀਂ ਜਾਣਾ ਸਾਰੀ ਕੌਂਕਰੀਟ ਉੱਪਰ। ਆਹ ਪਾਈਪਾਂ ਰਾਹੀਂ ਹੁੰਦੇ ਹੋਏ ਆਹ ਪਾਈਪ ਰੱਖੇ ਹੋਏ ਜੁਆਇੰਟ ਹੋਣਗੇ, ਅਤੇ ਉੱਪਰ ਜਾਊਗੀ ਕੌਂਕਰੀਟ। ਅਤੇ ਜਿਹੜਾ 10-10 ਘੰਟੇ ਦਾ ਕੰਮ ਸੀ, ਉਹ 2-2 ਘੰਟਿਆਂ 'ਚ ਹੋ ਜਾਂਦਾ ਆ ਇਸ ਪੰਪ ਦੀ ਮਦਦ ਦੇ ਨਾਲ। ਸੋ ਬੜਾ ਪਾਵਰਫੁੱਲ ਪੰਪ ਆ ਜੀ, ਆਹ ਦੇਖੋ ਆਹ ਜਿਹੜਾ ਇੰਜਣ ਆ, ਪੰਪ ਦਾ ਇੰਜਣ ਆ ਦੇਖੋ, ਗੱਲਬਾਤ ਦੇਖੋ, ਬਹੁਤ ਪਾਵਰਫੁੱਲ ਇੰਜਣ ਬਣਾਇਆ ਹੋਇਆ ਆ। 2-2 3-3 ਮੰਜ਼ਿਲਾਂ ਜਿਹੜੀਆਂ ਇਸੇ ਪੰਪ ਦੇ ਨਾਲ ਕਵਰ ਹੋ ਜਾਂਦੀਆਂ ਆ। ਅਤੇ ਪਹਿਲਾਂ ਟੈਕਨੋਲੋਜੀ ਬਾਹਰ ਹੁੰਦੀ ਸੀਗੀ, ਹੁਣ ਤਾਂ ਇੱਥੇ ਵੀ ਆਮ ਜਿਹੀ ਗੱਲ ਆ ਕਿ ਇਹਨਾਂ ਪੰਪਾਂ ਦੇ ਰਾਹੀਂ ਸਾਰੀ ਕੌਂਕਰੀਟ ਹੁੰਦੀ ਆ, ਜੇ ਘਰ ਬਣਦੇ ਬਿਲਡਿੰਗਾਂ ਜੋ ਵੀ ਬਣਦੀਆਂ ਆ, ਲੈਂਟਰ ਪੈਂਦੇ ਇਸੇ ਪੰਪ ਰਾਹੀਂ ਪੈ ਰਹੇ ਜ਼ਿਆਦਾਤਰ। ਅੱਗੇ ਆਪਣੇ ਹੁੰਦਾ ਸੀ ਹੱਥ ਨਾਲ ਇਕੱਲੀ ਇਕੱਲੀ ਚੀਜ਼ ਮਿਕਸਰ ਵਿੱਚ ਪਾਉਣੀ, ਅਤੇ ਫਿਰ ਉਹ ਇੱਕ ਮਸ਼ੀਨ ਦੇ ਤਰੀਕੇ ਬਾਕਟ ਹੁੰਦੀ ਸੀਗੀ, ਉਹ ਉੱਪਰ ਜਾਣੀ। ਸੋ ਆਹ ਲੋਹੇ ਦੇ ਬੈਂਡ ਆ, ਅਤੇ ਆਹ ਇਹਦੇ ਲੋਕ ਆ ਜੀ, ਆਹ ਦੇਖੋ ਇਹ ਪੰਪਾਂ ਦੇ ਜੁਆਇੰਟ ਕਰਨ ਲਈ ਆਹ ਲੋਕ ਆ, ਇਹਨੂੰ ਖੁੱਲ੍ਹਣ ਨਹੀਂ ਦਿੰਦੇ। ਆਹ ਬਾਈ ਹੁਣੀ ਕਰਨ ਲੱਗੇ ਸੈਟਿੰਗ। ਲਓ ਜੀ ਪਹਿਲਾਂ ਪਾਈਪ ਲਾ ਦਿੱਤਾ ਆ, ਦੇਖੋ ਕਸਾਈ ਹੋਈ ਜਾਂਦੀ ਆ। ਆਹ ਜੁਆਇੰਟ ਜੁਆਇੰਟ ਲਾ ਦਿੱਤਾ,
ਲਓ ਜੀ ਇਹ ਪਾਈਪ ਲਾਈਨ ਹੈ ਜੀ, ਇਹਦੇ ਰਾਹੀਂ ਜਾਣਾ ਕੰਕਰੀਟ ਦਾ ਉੱਤੇ। ਲਓ ਬਾਈ ਬਾਈ ਹੁਣਾਂ ਨੇ ਕਰਤਾ ਤਾਂ ਨੂੰ ਪੈਰ ਖੜਾ, ਦੇਖ ਲਓ ਆਹ ਪਾਇਆ ਜੁਆਇੰਟ ਪਾਈਪ ਸੀਗਾ ਛੋਟਾ, ਅਤੇ ਆਹ ਦੇਖੋ ਹਰ ਤਰ੍ਹਾਂ ਦਾ ਹਾਲ ਇਹਨਾਂ ਕੋਲ ਆ, ਛੋਟਾ ਵੱਡਾ ਬੈਂਡ ਪਾਈਪ, ਅਤੇ ਉਹ ਪਹੁੰਚ ਗਿਆ ਉੱਪਰ ਪਾਈਪ, ਇਹਨਾਂ ਦੀ ਲੇਬਰ ਸਾਰੀ ਬੈਠੀ ਉੱਪਰ ਚੜ੍ਹ ਕੇ। ਆਹ ਦੇਖੋ ਦੋ ਬੈਂਡ ਪਾਏ, ਇੱਕ ਛੋਟਾ ਬੈਂਡ ਪਾਇਆ ਪਹਿਲਾਂ ਆਹ, ਅਤੇ ਉੱਪਰ ਨੂੰ ਦੂਜਾ ਵੱਡਾ ਬੈਂਡ। ਇਹੋ ਜਿਹੀ ਗੱਲਬਾਤ ਆਹ ਆਉਂਦੀ ਪਾਈਪ ਲਾਈਨ ਪੂਰੀ, ਉਹ ਦੇਖੋ ਲਓ ਜੀ ਕੰਕਰੀਟ ਦੀ ਪਹਿਲੀ ਗੱਡੀ ਆ ਗਈ ਆਪਣੇ ਕੋਲ, ਤਾਂ ਹਾਲੇ ਇਹਨਾਂ ਦਾ ਪਾਈਪ ਆ ਪਹੁੰਚਾ ਦੇਖੋ, ਇੱਥੇ ਲਾਉਣਗੇ ਬੈਂਡ ਆਹ ਵਾਲਾ, ਇਹ ਬੈਂਡ ਲਾ ਕੇ ਤਾਂ ਗਾਂਹ ਦੀ ਕਾਰਵਾਈ ਸ਼ੁਰੂ ਹੋਊਗੀ। ਆਹ ਉੱਪਰ ਵੀ ਪਾਈਪ ਲਾਈਨ ਵਿਛਾਈ ਪਈ ਆ, ਉਹ ਉੱਥੋਂ ਕਹਿੰਦੇ ਮੂਹਰਿਓ ਕੰਮ ਸ਼ੁਰੂ ਕਰਨਾ ਪਹਿਲਾਂ। ਆਹ ਦੇਖ ਲਓ ਲੋਹੇ ਦੇ ਪੈਪਾਂ ਦੇ ਬਲ ਬੜੇ ਨੇ ਸੱਪ ਜਿਹੇ ਬਣਾਈ ਜਾਂਦੇ, ਆਹ ਦੇਖ ਲਓ ਉਹ ਉੱਥੋਂ ਜਾਂਦਾ ਬੈਂਡ, ਫੇ ਆਹ ਬੈਂਡ ਛੋਟਾ ਜਿਹਾ ਫੇ ਐਨੂੰ, ਆਹ ਦੇਖ ਲਓ ਗੱਲਬਾਤ ਦੇਖੋ। ਲਓ ਜੀ ਆਹ ਦੇਖੋ ਲੱਗ ਗਿਆ ਪੈਪ, ਲਓ ਵੀ ਮਿੱਤਰੋ ਪੰਪ ਹੋ ਗਿਆ ਚਾਲੂ, ਅਤੇ ਟਰੱਕ ਆਹ ਦੇਖੋ ਇਹ ਜੇ ਬਣੀ ਬਣੀ ਨਾ ਇਹ ਕੰਕਰੀਟ ਘੁੰਮੀ ਜਾਂਦੀ ਹੈ, ਅਤੇ ਆਹ ਦੇਖੋ ਪੰਪ ਦੇ ਕੰਮ ਹੋ ਗਈ, ਪੈਪ ਲਈ ਸਿੱਧੀ ਉੱਪਰ, ਅਤੇ ਬੰਦੇ ਚਾਹ ਪੀ ਜਾਂਦੇ ਵੇਟ ਕਰਨ ਡੇ ਆ, ਉਹ ਉੱਥੋਂ ਸ਼ੁਰੂ ਕਰਨਗੇ ਪਹਿਲਾਂ ਪਿੱਛਿਓਂ ਕੰਕਰੀਟ ਪਾਉਣੀ। ਇਹਦਾ ਸਾਡਾ ਜੀਤਾ ਭਾਅ ਜੀ ਐਨਕਾਂ ਕਾਲੀਆਂ ਲਾਈਆਂ ਮੱਥੇ 'ਤੇ, ਮੱਥੇ ਨੂੰ ਧੁੱਪ ਬਹੁਤ ਲੱਗਦੀ ਇਹਦੇ ਨੂੰ। ਹਾਂਜੀ ਧੁੱਪ ਮੱਥੇ ਨੂੰ ਲੱਗਦੀ ਆ, ਸਿੱਧੀ ਧੁੱਪ ਮੱਥੇ ਨੂੰ। ਅੱਛਾ ਮੱਥੇ ਨੂੰ ਤਾਂ ਐਨਕਾਂ ਲਾਈਆਂ ਆ ਬੰਦੇ ਨੇ, ਠੀਕ ਆ। ਹਾਂ ਠੀਕ ਆ ਠੀਕ ਆ।
ਪੰਪ ਦੇ ਵਿੱਚ ਕੰਮ ਝੜ ਗਈ ਆ, ਉੱਧਰੋਂ ਪ੍ਰੈਸ਼ਰ ਨਾਲ ਕੰਕਰੀਟ ਆ ਪੈਪ ਰਾਹੀਂ ਉੱਪਰ ਆਊਗੀ। ਸੌਖੇ ਕੰਮ ਹੋ ਗਏ, ਟੈਕਨੋਲੋਜੀ ਬਹੁਤ ਵੱਧ ਗਈ ਹੁਣ ਅੱਗੇ ਨਾਲੋਂ, ਦੇਖੋ ਮਿਕਸ ਹੋਈ ਜਾਂਦੀ ਨਾਲੋਂ ਨਾਲ, ਮਿਕਸਚਰ ਇੱਧਰ ਵੀ ਚੱਲੀ ਜਾਂਦਾ ਆ ਅਤੇ ਕਿੱਧਰ ਵੀ ਮਿਕਸਚਰ ਚੱਲੀ ਜਾਂਦਾ ਆ। ਸਾਫ ਹੋ ਜੂਗਾ ਨਾਲੇ ਚੰਗਾ ਲੈ ਜੂ। ਚਲੋ 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 ਲੋ ਜੀ, ਅੱਗੇ ਲੱਗ ਗਿਆ ਪਾਈਪ, ਇਹ ਮੂਵਮੈਂਟ ਕਰਦਾ ਆ, ਇਹਨਾਂ ਨੇ ਘੁਮਾ ਘੁਮਾ ਕੇ ਇਹਨਾਂ ਕੰਕਰੀਟ ਪਾਈ ਜਾਣੀ ਇੱਧਰ ਉੱਧਰ ਕਰਕੇ। ਭਾਜੀ ਲਿਆ ਮਾੜਾ ਕਪੜਾ ਤੇ ਇੱਧਰ ਭਾਜੀ ਹੁਣੀ ਚੱਕੀ ਫਿਰਦੇ ਆ ਵਾਈਬਰੇਟਰ। ਆ ਦੇਖੋ ਇਹ ਵਾਈਬਰੇਟਰ ਚੱਲਣ ਨਾਲ ਕੰਕਰੀਟ ਬਿਲਕੁਲ ਬਹਿ ਜਾਣੀ ਆ। ਲੋ ਜੀ ਇਹ ਆ ਟੈਕਨੋਲੋਜੀ, ਜਿਹੜੀ ਕੰਕਰੀਟ ਪਾਸ ਨਹੀਂ ਹੋ ਰਹੀ, ਕਿਤੇ ਕੋਈ ਪ੍ਰੋਬਲਮ ਹੈ ਜਾਂ ਕਿਤੇ ਜਾਮ ਹੋਇਆ ਆ, ਇਹ ਲੱਗੇ ਖੋਲਣ ਹੁਣ। ਆ ਦੇਖੋ ਮਾਲ ਐਨ ਜੰਮਿਆ ਪਿਆ ਵਿੱਚ, ਹਲੇ ਪਹਿਲਾਂ ਇਹਨੂੰ ਕਰੂੰਗੇ ਸਾਫ਼। ਜਿੰਨਾ ਟਾਈਟ ਸੀਗਾ ਕੰਕਰੀਟ ਥੱਲੇ ਉਹ ਕਰਤੀ ਇਹਨਾਂ ਨੇ, ਹੁਣ ਫਿਰ ਜੁਆਇੰਟ ਕਰਨਗੇ ਦੁਬਾਰਾ ਇਸੇ ਪਾਈਪ ਦੇ ਨਾਲ ਜਿਹੜਾ ਆ ਰਿਹਾ ਥੱਲਿਓਂ। ਆਹ ਦੇਖੋ ਕਿੰਨੀ ਕੰਕਰੀਟ ਵਿੱਚ ਜਮ੍ਹਾਂ ਹੋਈ ਸੀਗੀ। ਲੋ ਜੀ ਹੋ ਗਿਆ ਸਟਾਰਟ, ਸਿੱਧੀ ਉੱਪਰ ਆਵਾ ਟੈਕਨੋਲੋਜੀ ਤੋਂ ਬਣਿਆ ਬਣਾਇਆ ਕੰਕਰੀਟ ਜਿਹੜੀ ਸਾਰੀ ਆਉਣ ਰਹੀ ਆ ਤੇ ਪੈਪਾਂ ਦੇ ਸਿੱਧੀ ਉੱਪਰ, ਤਾਂ ਬੰਦਿਆਂ ਨੇ ਸਾਂਭਣੀ ਆ ਤੇ ਆ ਵਾਈਬ੍ਰੇਟਰ ਬਚੀ ਜਾਂਦਾ ਨਾਲ ਨਾਲ। ਛੇ ਇੰਚੀ ਸਲੈਬ ਪੈਣੀ ਹੈ ਜੀ ਆਪਣੀ ਕਮਰਸ਼ੀਅਲ, ਘਰਾਂ 'ਚ ਆਪਾਂ ਨੋਰਮਲੀ 4-4.5 ਇੰਚੀ ਪਾਈ ਦੀ। ਕਿਉਂ ਭਾਜੀ 4-4.5 ਇੰਚੀ ਪਾਉਂਦੇ ਘਰਾਂ 'ਚ ਤਾਂ? ਹਾਂ ਅਤੇ ਆਪਣੀ ਕਮਰਸ਼ੀਅਲ 6 ਇੰਚੀ ਸਲੈਬ ਹੈ ਜੀ। ਆਹ 5 ਕੁ ਮਿੰਟ ਦੀ ਗੇਮ ਹੈ ਜੀ, ਦੇਖੋ ਇੰਨੀ ਕੰਕਰੀਟ ਹੋ ਵੀ ਗਈ ਆ, ਅਤੇ ਜੇ ਇਹ ਹੱਥ ਨਾ ਕਰਨੀ ਹੁੰਦੀ ਹੁਣ ਨੂੰ ਆਹ ਟੋਟਾ ਨਹੀਂ ਹੋਣਾ ਸੀਗਾ। ਆਹ ਦੇਖ ਲਓ ਸਮੀਰ, ਦੇਖੋ ਉਧਰੋਂ ਲਗਾਤਾਰ ਕੰਕਰੀਟ ਪਈ ਜਾਂਦੀ ਪੰਪ ਦੇ ਵਿੱਚ, ਤੇ ਆਹ ਦੇਖੋ ਪੈਪ ਰਾਹੀਂ ਸਿੱਧੀ ਇੱਥੋਂ ਉੱਪਰ।
ਲਓ ਜੀ ਆਹ ਦੇਖ ਲਓ ਕੰਕਰੀਟ ਸਪੀਡ ਦੇਖੋ ਚੈੱਕ ਕਰੋ ਆਹ 10 ਤੋਂ 15 ਮਿੰਟ ਦੇ ਵਿੱਚ ਆ ਕੰਕਰੀਟ ਹੋ ਗਈ ਆ ਤੇ ਇੱਕ ਪਹਿਲੀ ਗੱਡੀ ਚੱਲੀ ਜਾਂਦੀ ਹਲੇ ਆਹ ਬਾਈ ਕਰੀ ਜਾਂਦਾ ਪੱਧਰਾ ਦੇਖੋ ਲੈਂਟਰ ਨੂੰ ਬਹੁਤ ਸੋਹਣਾ ਜਗਾੜ ਬਣਾਇਆ ਹੋਇਆ ਬੈਕ ਕੰਮ ਕਰਨ ਦੀ ਲੋੜ ਹੀ ਨਹੀਂ ਫੱਟੀ ਸਟੈਂਡ ਲਾਇਆ ਭਾਜੀ ਉਹ ਦੇਖੋ ਤੁਸੀਂ ਇਹ ਪੂਰੀ ਇੱਕ ਗੱਡੀ ਦਾ ਜੀ ਮਾਲ ਆ ਇੱਕ ਗੱਡੀ ਦਾ ਪੂਰਾ ਮਾਲ ਆ ਨਾ ਇਹ ਜੀ ਪਹਿਲੀ ਗੱਡੀ ਹੋ ਗਈ ਖਾਲੀ ਤੇ ਦੂਜੀ ਗੱਡੀ ਲੱਗਣ ਲੱਗੀ ਆ ਟਿਕਾਣੇ ਆ ਦੇਖੋ ਪੰਪ ਦੇ ਉੱਪਰ ਤੇ ਪਹਿਲੀ ਗੱਡੀ ਤੁਹਾਨੂੰ ਦਿਖਾਵਾਂ ਦੇਖੋ ਇੰਨਾ ਕੰਕਰੀਟ ਸੀਗਾ ਇੰਨਾ ਮਾਲ ਸੀ ਆ ਦੇਖੋ ਤੇ ਬੜੀ ਜਲਦੀ ਕੰਮ ਨਿਬੜਦਾ ਭਾਜੀ ਕਾਫੀ ਨਹੀਂ ਲੱਗਾ ਟਾਈਮ ਨਾ 20 ਕੁ ਮਿੰਟ ਲੱਗੇ ਸਾਰੇ 20 ਮਿੰਟ ਜਾਂ ਕੰਕਰੀਟ ਹੋ ਗਈ ਜੀ ਗੱਡੀ ਨਾਲ ਦੇਖ ਲਓ ਸਾਰੀ ਸਾਰੀ ਦਿਹਾੜੀ ਫਸੇ ਰਹਿੰਦੇ ਛੱਗੇ ਇੰਨਾ ਮਾਲ ਇਕੱਠਾ ਕਰੋ ਆਹ ਦੇਖ ਲਓ 20 ਮਿੰਟਾਂ ਦੀ ਗੇਮ ਆ ਇੰਨੀ ਆ ਕੰਕਰੀਟ ਦੀ ਸਪੀਡ ਤਾਂ ਇੰਨੀ ਆ ਬੰਦੇ ਸਾਹਮਣੇ ਵਾਲੇ ਚਾਹੀਦੇ ਮੁਰੇ ਕਿਉਂ ਅੰਕਲ ਜੀ ਬੰਦੇ ਸਾਹਮਣੇ ਵਾਲੇ ਚਾਹੀਦੇ ਮਾਲ ਬਹੁਤ ਆ ਨਾ ਦੇਖ ਲਓ ਮਿੰਟੋ ਮਿੰਟੀ ਆ ਦੇਖ ਲਓ ਸੈਰ ਸਾਰੀ ਹੋ ਗਈ ਆ ਤੇ ਗੱਡੀ ਵਾਲੇ ਦੂਜੀ ਆ ਲਓ ਵੀ ਮਿੱਤਰੋ ਆਪਾਂ ਦੂਜੇ ਕੋਠੇ ਤੇ ਆ ਗਏ ਆ ਦੇਖੋ ਆ ਲੈਂਟਰ ਪਿੱਛੇ ਪੈ ਗਿਆ ਆ ਤਾਂ ਇੰਨਾ ਹਿੱਸਾ ਰਹਿ ਗਿਆ ਆਪਣਾ ਆ ਫਰੰਟ ਇੱਧਰ ਅੰਕਲ ਜੀ ਬੈਠੇ ਚੈੱਕ ਕਰੀ ਜਾਂਦੇ ਆ ਅੰਕਲ ਜੀ ਓਕੇ ਆ ਅੰਕਲ ਜੀ ਓਕੇ ਆ ਲਓ ਜੀ ਓਕੇ ਹੋ ਗਿਆ ਕਹਿੰਦੇ ਓਕੇ ਅੰਕਲ ਜੀ ਉਹ ਦੇਖੋ ਦੂਜਾ ਸੀ ਕਿਹੜਾ ਕਰਦਾ ਇਹ ਡਬਲ ਓਕੇ ਆ ਕਹਿੰਦੇ ਇੱਧਰ ਸੁਖਵੀਰ ਸਿੰਘ ਮੋਇਨਾ ਕਰ ਰਿਹਾ ਇੱਧਰ ਜੀਤਾ ਭਾਈ ਸਾਡਾ ਲਓ ਜੀ ਫਰੰਟ ਵੀ ਆਪਣਾ ਆਹ ਸਾਈਡ ਹੋ ਗਈ ਕੰਪਲੀਟ ਆਹ ਹਿੱਸਾ ਰਹਿ ਗਿਆ ਵਾ ਥੋੜ੍ਹਾ ਜਿਹਾ ਇਹ ਨਾਲ ਹੀ ਆਪਣਾ ਆਹ ਦੇਖੋ ਹਿੱਸਾ ਸਾਰਾ ਕੰਪਲੀਟ ਆ ਉਹ ਪਾਸਲਾ ਪਾਸਾ ਰਹਿ ਗਿਆ ਪਰਲਾ ਬਸ ਆ ਇੱਥੋਂ ਪਰੇ ਨੂੰ ਅਤੇ ਗੱਡੀ ਇੱਕ ਹੋਰ ਆਊਗੀ ਤਾਂ ਗੱਲਬਾਤ ਦੇਖੋ ਕਿੰਨੀ ਜਲਦੀ ਕੰਮ ਨਿਬੜਦਾ ਆ ਇਹ ਰੈਡੀਮਿਕਸ ਨਾਲ ਆ ਠੇਕੇਦਾਰ ਸਾਹਿਬ ਗਨ ਲੈ ਖੜ੍ਹੇ ਆ ਦੇਖ ਲਓ ਆਹ ਗਨ ਇਹਨਾਂ ਦਾ ਆਪਣੇ ਲਓ ਜੀ ਬੰਦਾ ਇੱਕ ਹੋਰ ਆ ਗਿਆ ਤੁਹਾਨੂੰ ਮਿਲਾਉਂਦੇ ਹਾਂ ਆਹ ਦੇਖੋ ਸਾਡੇ ਪ੍ਰਧਾਨ ਸਾਹਿਬ ਆ ਗਏ ਆ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਧਾ ਇਹ ਵੀ ਚੈੱਕਰ ਬਣ ਕੇ ਆਏ ਕਹਿੰਦੇ ਲੈਂਟਰ ਚੈੱਕ ਕਰੀਏ ਕਿੱਦਾਂ ਦਾ ਪੈ ਰਿਹਾ ਆ ਹੋਰ ਭਰਾਵਾ ਲੈਂਟਰ ਪੈਂਦਾ ਜਾਣਾ ਚਾਹੀਦਾ ਹਾਜ਼ਰੀ ਲਾਉਣੀ ਚਾਹੀਦੀ ਨਹੀਂ ਨਹੀਂ ਬਿਲਕੁਲ ਭਾਜੀ ਮਾਲਕ ਨੇ ਕੀਤੀ ਕਿਰਪਾ ਲਓ ਜੀ ਉਹ ਆਹ ਵੀ ਬਹੁਤ ਛੇਤੀ ਕੰਮ ਹੁੰਦਾ ਵੀ ਇਹਨਾਂ ਦਾ ਭਾਜੀ ਉਹ ਰਹਿ ਗਿਆ ਉਹਨਾਂ ਕਿੱਸਾ ਲੈਂਟਰ ਆਪਣਾ ਹੋ ਚਲਾ ਕੰਪਲੀਟ ਤੇ ਉਹ ਰਹਿ ਗਿਆ ਕਾਰਨਰ ਥੋੜ੍ਹਾ ਜਿਹਾ ਬਸ ਆਹ ਦੇਖੋ ਇੱਕ ਘੰਟਾ 10 ਮਿੰਟ ਦੇ ਵਿੱਚ ਲੈਂਟਰ ਪੈ ਕੇ ਕੰਪਲੀਟ ਹੋ ਗਿਆ ਆ ਇੱਕ ਘੰਟਾ ਤੇ 10 ਮਿੰਟ ਲੱਗੇ ਆ ਇੰਨੇ ਲੈਂਟਰ ਨੂੰ ਇੱਧਰ ਸਾਡੇ ਫੋਰਮੈਨ ਸਾਹਿਬ ਚੈੱਕ ਕਰ ਰਹੇ ਆ ਹਾਈ ਲੈਵਲ ਤੇ ਖੜੇ ਹੋ ਕੇ ਕਿਉਂ ਜੀ ਓਕੇ ਆ ਓਕੇ ਫਿਰ ਠੀਕ ਆ ਇੱਕ ਫੋਰਮੈਨ ਉਹ ਲੱਗਾ ਆ ਹਾਂਜੀ ਕਿੱਦਾਂ ਠੀਕ ਆ ਉਹ ਜਿਹੜਾ ਮਾਲ ਵਧੂਗਾ ਨਾ ਇੱਥੇ ਦਿਖਾ ਕੇ ਇਹਦੇ ਉੱਪਰ ਪਾ ਦੇਣਾ ਆਪਾਂ ਇੱਦਾਂ ਹੀ ਉਹ ਉੱਪਰ ਸਾਰਾ ਜ਼ਿਆਦਾ ਆ ਜਿਹੜਾ ਮਾਲ ਵਧੂਗਾ ਆਪਾਂ ਬੀਮਾ ਦੇਖੋ ਜਿਹਦੇ ਹੈ ਨਾ ਦੇਖੋ ਆ ਜੀ ਇੱਥੇ ਆ
ਲਓ ਜੀ ਐਨ ਹੋ ਗਿਆ ਕੰਪਲੀਟ, ਤਿੰਨ ਗੱਡੀਆਂ ਲੱਗੀਆਂ ਕੌਂਕਰੀਟ ਦੀਆਂ ਅਤੇ ਪੈਪ ਲੱਗ ਪਏ ਲਾਉਣ ਗਲੇ ਆਪਣਾ ਜਿਹੜਾ ਮਾਲ ਵਧੀਆ ਘਟਿਆ ਆ ਲੈਵਲ ਕਰਨ ਲੱਗ ਪਿਆ ਭਾਅ ਜੀ ਹੁਣੀ। ਹਾਂਜੀ ਕਿੱਦਾਂ ਇੱਧਰ ਨੂੰ ਜਰਾ ਕੁ, ਹੈਲੋ ਸੁਰੱਖੇ ਮੁੰਡੇ ਕਿੱਦਾਂ ਫੇ? ਇਹ ਮੁੰਡਾ ਆ ਫੋਰਮੈਨ ਦਾ ਦੰਦ ਕੱਢੀ ਜਾਂਦਾ, ਹਾਲੇ ਗੱਭੇ ਲਾਇਆ ਇਹਨਾਂ ਨੇ। ਫੋਰਮੈਨ ਫੋਰਮੈਨ ਕਿੱਦਾਂ, ਠੀਕ ਆ ਕੰਮ ਓਕੇ ਆ? ਆਹ ਬੰਦੇ ਕਿਹੜਾ ਨਹੀਂ ਮੰਨਦੇ, ਆਹ ਫੋਰਮੈਨ ਆਪ ਲੱਗਾ ਫਿਰ ਦੇਖ ਲਓ ਰਿਪੋਰਟ। ਲਓ ਜੀ ਲੈਂਟਰ ਮਹਾਰਾਜ ਦੀ ਕਿਰਪਾ ਦੇ ਨਾਲ ਹੋ ਗਿਆ ਕੰਪਲੀਟ, ਅਤੇ ਬਾਈ ਉਹਨਾਂ ਨੇ ਆਪਣਾ ਸਾਜੋ ਸਮਾਨ ਵੀ ਜਿਹੜਾ ਸਮੇਟ ਲਿਆ ਆ। ਅਤੇ ਤੁਸੀਂ ਦੇਖ ਲਓ ਕਿ ਡੇਢ ਤੋਂ ਦੋ ਘੰਟੇ ਦੇ ਵਿੱਚ ਵਿੱਚ ਪੰਪ ਲੱਗ ਕੇ ਲੈਂਟਰ ਪੈ ਕੇ ਸਾਰਾ ਕੁਛ ਸਮੇਟ ਗਿਆ, ਲੋਹਾ ਸਮਾਨ ਆ ਅਤੇ ਇਕੱਠਾ ਕਰਕੇ ਵਿੱਚ ਵੀ ਰੱਖ ਲਿਆ ਅਗਲਿਆਂ ਨੇ। ਅਤੇ ਅੱਗੇ ਵਾਂਗੂ ਦੋ ਦੋ ਦਿਹਾੜੀਆਂ ਦਾ ਕੰਮ ਨਹੀਂ, ਪਹਿਲਾਂ ਆ ਕੇ ਜੀ ਮਸ਼ੀਨ ਸੈੱਟ ਕਰੋ, ਫਿਰ 50 ਕੁ ਬੰਦੇ ਲੈ ਕੇ ਆਓ, ਉੱਪਰ ਮਾਲ ਚਾੜੋ, ਗਰਮੀ ਨਾਲ ਬੁਰਾ ਹਾਲ ਹੋ ਜਾਂਦਾ ਸੀ, ਆਹ ਦੇਖ ਲਓ ਐਨ ਕੰਮ ਕਰਤਾ ਸੈੱਟ ਬੰਦਿਆਂ ਨੇ, ਅਤੇ ਹੁਣ ਇਹਨਾਂ ਦੀ ਕਰਦੇ ਸੇਵਾ ਪਾਣੀ। ਲਓ ਜੀ ਬੰਦਿਆਂ ਦੀ ਹੋ ਰਹੀ ਹੁਣ ਸੇਵਾ, ਅਤੇ ਬ੍ਰੈਡ ਸਮੋਸੇ ਛਕ ਰਿਹਾ ਕੋਕ ਦੇ ਨਾਲ ਇੱਧਰ ਫੋਰਮੈਨ ਪਹਿਲਾਂ। ਹਾਂਜੀ ਫੋਰਮੈਨ ਸਾਹਿਬ, ਫੋਰਮੈਨ ਖੁਸ਼ ਹੋ ਰਹੇ ਆ, ਹੋਰ ਕੀ ਕਹਿਣਾ ਚਾਹੋਗੇ? ਲੈਂਟਰ ਸੋਹਣਾ ਪੈ ਗਿਆ, ਇਹ ਵੀ ਗੂੰਗਾ ਬੋਲਾ ਆ, ਬੋਲ ਨਹੀਂ ਸਕਦਾ, ਇਹ ਹੱਥ ਹੀ ਮਾਰ ਸਕਦਾ ਹੈ, ਬਸ ਬੋਲਦਾ ਨਹੀਂ ਹੱਥ ਹੀ ਮਾਰੀ ਜਾਂਦਾ ਆ। ਠੀਕ ਹੈ ਉਹ ਬੋਲ ਪਿਆ, ਉਹ ਕਰਾਮਾਤ ਹੋ ਗਈ, ਬੋਲ ਪਿਆ ਬੰਦਾ ਦੇਖ। ਆਹ ਬੰਦੇ ਨੇ ਪਾਇਆ ਲੈਂਟਰ, ਆਹ ਜੀਤਾ ਭਾਜੀ ਹੋ ਗਿਆ ਨਾਰਾਜ਼, ਸਮੋਸਾ ਘੱਟ ਮਿਲਿਆ, ਬਾਹਰ ਜਾ ਕੇ ਬਹਿ ਗਿਆ ਦੁਕਾਨ ਦਵਾ ਦੇਖ ਲਓ। ਭਾਜੀ ਆ ਜਾ ਯਾਰ ਅੰਦਰ, ਚੱਲ ਆ ਜਾ ਭਾਜੀ, ਆ ਜਾ ਕੋਈ ਨੀ, ਚੱਲ ਆ ਜਾ ਭਾਜੀ, ਉਹ ਪਨੀਰ ਵਾਲੇ ਖਾ ਲਈ ਯਾਰ, ਤੂੰ ਅੰਦਰ ਆ ਜਾ, ਨਾਰਾਜ਼ ਹੋਈ ਜਾਂਦਾ, ਆ ਜਾ ਮੇਰਾ ਭਰਾ, ਆ ਜਾ ਆ ਜਾ, ਹੈ ਆਹ ਪਨੀਰ ਵਾਲੇ ਪਕੌੜੇ ਖਾ ਲਈ ਭਰਾਵਾ, ਨਿਆਣਿਆ ਨਿਆਣਿਆ ਵਾਂਗੂ ਮੂੰਹ ਜਾ ਵੱਟ ਕੇ ਉੱਥੇ ਜਾ ਕੇ ਬਹਿ ਗਿਆ, ਇੱਥੇ ਟੈਕ ਦਾ ਕੀ ਕਰ ਲਿਆ? ਪੁਲਿਸ ਵਾਲੇ ਪਕੌੜੇ ਲਿਆ ਦਿੰਦੇ ਆ, ਆਹੋ ਕੱਲ ਨੂੰ ਲਿਆ ਕੇ ਦਵਾਂ, ਕੌਣ ਲਓ ਜੀ ਲੈਂਟਰ ਆਪਣਾ ਟੋਟਲੀ ਪੈ ਗਿਆ, ਦੇਖ ਹੀ ਸਕਦੇ ਆ, ਸੋ ਬੜੀ ਕਿਰਪਾ ਕੀਤੀ ਮਹਾਰਾਜ ਨੇ, ਅਤੇ ਬਹੁਤ ਬਹੁਤ ਧੰਨਵਾਦ ਆ ਸਾਰੇ ਵੀਰਾਂ ਭੈਣਾਂ ਦਾ ਪ੍ਰਦੇਸ਼ਾਂ ਵਿੱਚ ਜਿਹਨਾਂ ਨੇ ਵਧਾਈਆਂ ਭੇਜੀਆਂ ਜਗ੍ਹਾ ਲੈਣ 'ਤੇ, ਸੋ ਸਾਡੀ ਤੁਹਾਡੀਆਂ ਹੀ ਦੁਆਵਾਂ ਸਦਕਾ ਅੱਜ ਆਪਣੀਆਂ ਦੁਕਾਨਾਂ ਰੈਡੀ ਆ। ਸੋ ਬਾਕੀ ਦਾ ਕੰਮ ਹੁਣ ਜਦੋਂ ਲੈਂਟਰ ਖੁੱਲੂਗਾ, ਸੋ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।